ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵਾਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਸਾਵਧਾਨ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਪੈਣ ਵਾਲਾ ਪਾਰਿਮੀ ਅਤੇ ਗੜੇ ਤਾਂ ਉਸ ਤੋਂ ਮੌਸਮਾਂ ਦੇ ਵਿੱਚ ਇੱਕ ਵਾਰ ਫਿਰ ਬਦਲਾਅ ਹੋਣ ਜਾ ਰਿਹਾ ਚੰਡੀਗੜ੍ਹ ਮੌਸਮ ਵਿਭਾਗ ਦੇ ਵੱਲੋਂ 13 ਤੋਂ ਲੈ ਕੇ 15 April ਤੱਕ ਮੀਂਹ ਗੜੇ ਮਾਰੀ ਆਤੇ ਤੇ ਜਾਵਾਮਾ ਦੇ ਸੰਭਾਵਨਾ ਜਤਾਈ ਗਈ ਹੈ ਚੰਡੀਗੜ੍ਹ ਮੌਸਮ ਵਿਭਾਗ ਦੇ ਇੰਚਾਰਜ ਆਕੇ ਸੰਗ ਨੇ ਨਿਊਜ਼ਾ 18 ਨੂੰ ਮੌਸਮ ਦੇ ਬਦਚਾਉਣ ਵਾਲੀ ਤਬਦੀਲੀ ਬਾਰੇ ਜਾਣਕਾਰ ਦਿੱਤੀ ਹੈ ਉਹਨਾਂ ਦੱਸਿਆ ਕਿ 13 April ਨੂੰ ਦੁਪਹਿਰ ਤੋਂ ਬਾਅਦ ਮੌਸਮਾ ਖਰਾਬ ਹੋ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਹੁਸ਼ਿਆਰਪੁਰ ਅਬੋਹਰਾ ਫਾਜ਼ਿਲਕਾ ਗੁਰਦਾਸਪੁਰ ਅੰਮ੍ਰਿਤਸਰ ਅਤੇ ਪਠਾਨਕੋਟ ਜਿਲ੍ਹਿਆਂ ਦੇ ਵਿੱਚ ਮੌਸਮਾ ਖਰਾਬ ਹੁਣ ਬਾਰੇ ਪ੍ਰਭਾਵਿਤ ਹੁਣ ਬਾਰੇ ਗੱਲਬਾਤ ਕੀਤੀ ਗਿਆ ਜਦਕਿ ਹਰਿਆਣਾ ਦੇ ਅੰਬਾਲਾ ਕੁਰੂਕ ਖੇਤਰ ਫਤਿਆਬਾਦ ਸਮੇਤ ਕਈ ਜਿਲ੍ਹਿਆਂ ਵਿੱਚ ਖਰਾਬ ਮੌਸਮ ਦੇ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਚੰਡੀਗੜ੍ਹ ਮੌਸਮ ਵਿਭਾਗ ਦੇ ਇੰਚਾਰਜ ਏਕੇ ਸੰਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੀਂਹ ਤਾਂ ਜ਼ਿਆਦਾ ਨਹੀਂ ਪਵੇਗਾ ਪਰ ਚਾਲੀ ਤੋਂ ਲੈ ਕੇ 50 ਕਿਲੋਮੀਟਰ ਦੇ ਰਫਤਾਰ ਦੇ ਨਾਲ ਤੇਜ਼ਾਬਾ ਮਾ ਚੱਲਣ ਗੰਗਾ ਮੌਸਮ ਵਿਭਾਗ ਦੇ ਮੁਤਾਬਕ ਜਨਾ ਕਿਸਾਨਾਂ ਨੇ ਕਣਕ ਦੀ ਫਸਲ ਦੀ ਕਟਾਈ ਕਰ ਲਿਆ ਤੇ ਉਤੰਤ ਉਸ ਨੂੰ ਸੁਰੱਖਤ ਥਾਂ ਤੇ ਰੱਖ ਲੈਣ ਨਹੀਂ ਤਾਂ ਫਸਲ ਦਾ ਨੁਕਸਾਨ ਹੋ ਸਕਦਾ ਹੈ ਅਗਲੀ ਖਬਰ ਇਹ ਸਹਾਬਾਈ ਅੱਡੇ ਤੋਂ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ ਦੂਜੀ ਅੰਤਰਰਾਸ਼ਟਰੀ ਉਡਾਨ ਸੰਡੋਸ ਤੋਂ ਚੰਡੀਗੜ੍ਹ ਸਿੱਧਾ ਭਗਤ ਸਿੰਘਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਲਦੀ ਦੂਜੀ ਅੰਤਰਰਾਸ਼ਟਰੀ ਉਡਾਨ ਸ਼ੁਰੂ ਹੋਣ ਜਾ ਰਹੀ ਹੈ ਹਵਾਈ ਅੱਡੇ ਤੋਂ ਰਾਤ ਨੂੰ ਆਉਣ ਵਾਲੀ ਇਹ ਪਹਿਲੀ ਉਡਾਨ ਹੋਵੇਗੀ ਇਸ ਤੋਂ ਪਹਿਲਾਂ ਦਿੱਲੀ ਤੋਂ ਆਖਰੀ ਉਡਾਨ ਰਾਤ 10:45 ਮਿੰਟ ਤੇ ਆਉਂਦੀ ਹੈ ਇੰਡੀਗੋ 에ਅਰਲਾਈਨਜ਼ ਨੇ 15 ਮਈ ਤੋਂ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਦੇ ਲਈ ਨਾਨਸਟਾਪ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਸ਼ੈਡਿਊਲ ਦੇ ਮੁਤਾਬਕ ਫਲਾਈਟ ਨੰਬਰ 6E1417 ਅਬੂਧਾਬੀ ਤੋਂ ਰਾਤ 10:15 ਤੇ ਉਡਾਨ ਭਰੇਗੀ ਅਤੇ ਦੁਪਹਿਰ 3:30 ਵਜੇ ਚੰਡੀਗੜ੍ਹ ਪਹੁੰਚੇਗੀ ਫਲਾਈਟ ਨੰਬਰ 6E1418 ਚੰਡੀਗੜ੍ਹ ਤੋਂ ਸਵੇਰੇ 2:45 ਤੇ ਉਡਾਨ ਭਰੇਗੀ ਅਤੇ ਸਵੇਰੇ 5:15 ਤੇ ਅਬੂਧਾਬੀ ਪਹੁੰਚੇਗੀ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਹਮਾਚਲ ਅਤੇ ਹਰਿਆਣਾ ਦੇ ਵਪਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ 에ਅਰਲਾਈਨਜ਼ ਨੇ ਵੀ ਬੁਕਿੰਗਾਂ ਹੋਣਾ ਸ਼ੁਰੂ ਕਰ ਦਿੱਤੀ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸਰਕਾਰ ਦੇ ਵੱਲ ਵੱਡਾ ਐਕਸ਼ਨ ਆ ਬੋਰਨ ਬੇਟਾ ਨੂੰ ਹੈਲਥ ਦੇ ਡ੍ਰੈਂਕ ਸ਼੍ਰੇਣੀ ਤੋਂ ਹਟਾਏ ਜਾਣ ਨੂੰ ਲੈ ਕੇ ਜਾਰੀ ਕੀਤਾ ਨੋਟੀਫਿਕੇਸ਼ਨ। ਯਾਨਕੋਸਤ ਕੇਂਦਰੀ ਸਰਕਾਰ ਨੇ ਈ-ਕਾਮਰਸ ਕੰਪਨੀਆਂ ਨੂੰ ਬਾਰਨ ਬੇਟਾ ਨੂੰ ਹੈਲਥੀ ਡਰਿੰਕ ਸ਼੍ਰੇਣੀ ਤੋਂ ਹਟਾਉਣ ਦੇ ਲਈ ਕਿਹਾ ਹੈ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਨੇ ਇਸ ਸੰਬੰਧੀ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਨੋਟੀਫਿਕੇਸ਼ਨ ਦੇ ਮੁਤਾਬਕ ਸਾਰੀਆਂ ਈ-ਕਾਮਰਸ ਵੈੱਬਸਾਈਟਾਂ ਨੂੰ ਆਪਣੇ ਪਲੇਟਫਾਰਮ ਤੇ ਬਾਰਨ ਬੇਟਾ ਸਮੇਤ ਸਾਰੇ ਪੀਣ ਵਾਲੇ ਪਦਾਰਥਾਂ ਨੂੰ ਹੈਲਥੀ ਡਰਿੰਕ ਸ਼੍ਰੇਣੀ ਤੋਂ ਬਾਹਰ ਰੱਖਣ ਦੇ ਲਈ ਕਿਹਾ ਗਿਆ ਹੈ ਨੋਟੀਫਿਕੇਸ਼ਨ ਦੇ ਵਿੱਚ ਆਕੀ ਗਈ ਇਹ ਗੱਲ ਮੰਤਰਾਲੇ ਨੋਟੀਫਿਕੇਸ਼ਨ ਵਿੱਚ ਕਹਿ ਕੇ ਬਾਲ ਅਧਿਕਾਰਾਂ ਦੇ ਸੁਰੱਖਿਆਦਲੇ ਰਾਸ਼ਟਰੀ ਕਮਿਸ਼ਨ ਬਾਲ ਅਧਿਕਾਰ ਸੁਰੱਖਿਆ ਐਕਟ 2005 ਦੇ ਤਾਰਾ 3 ਦੇ ਤਹਿਤ ਗਠਤ ਇੱਕ ਸੰਸਥਾ ਨੇ ਜਾਂਚ ਕੀਤੀ ਐਸ ਜਾਂਚ ਦੇ ਵਿੱਚ ਪਾਇਆ ਗਿਆ ਕਿ ਇਹ ਹੈਲਥੀ ਡਰਿੰਕ ਦੇ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦਾ ਅਗਲੀ ਖਬਰ ਅਮਰਸਰ ਦੇ ਵਿੱਚ ਰਾਤ ਨੂੰ ਚੱਲੀਆਂ ਤੜ-ਤੜ ਗੋਲੀਆਂ ਤਿੰਨ ਲੁਟੇਰਿਆਂ ਦੇ ਵੱਲੋਂ ਕੈਸ਼ ਰਿਕਵਰੀ ਕਰਨ ਵਾਲੇ ਦੇ ਕੋਲੋਂ 1 ਲੱਖ ਰੁਪਏ ਦੇ ਲਾਟਾ ਕਰ ਹੋਏ ਫਰਾਰ ਹਮਰਾ ਸਰਬਕੇ ਦੇਰਾਤ ਮਕਬੂਲਪੁਰਾ ਇਲਾਕੇ ਦੇ ਵਿੱਚ ਆ ਗੋਲੀਆਂ ਚੱਲਣ ਦੇ ਵਾਰਦਾਤ ਸਾਹਮਣੇ ਆਈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਛਾਇਆ ਪਿਆ ਹੈ ਮਿਲੇ ਜਾਣਕਾਰੀ ਦੇ ਅਨੁਸਾਰ ਇੱਕ ਆਟੋ ਸਵਾਰ ਤੇ ਗੋਲੀਆਂ ਚਲਾ ਕੇ 1 ਲੱਖ ਰੁਪਏ ਦੇ ਲਾਟਾ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਜਾਣਕਾਰ ਦਿੰਦੇ ਹੋਏ ਹਰਬਿੰਦਰ ਸੰਗਨ ਦੱਸਿਆ ਕਿ ਰਾਜਵੀਰਾ ਟਰਾਂਸਪੋਰਟਾਂ ਦੀ ਗੱਡੀ ਆਪਣਾ ਸਮਾਨ ਛੱਡ ਕੇ ਤੇ ਰਿਕਵਰੀ ਕਰਕੇ ਵਾਪਸ ਆ ਰਹੇ ਸੀ ਅਤੇ ਪਿੱਛੋਂ ਦੀ ਪਲ ਸਾਰਾ ਮੋਟਰਸਾਈਕਲ ਤੇ ਸਵਾਰ ਤਿੰਨ ਨੌਂ ਬੰਨਾਂ ਦੇ ਵੱਲੋਂ ਲੁੱਟ ਦੇ ਇਰਾਦੇ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਗੋਲੀ ਆਟੋ ਦੇ ਸੀਸੇ ਦੇ ਵਿੱਚ ਜਾ ਕੇ ਲੱਗਿਆ ਤੇ ਉਹਨਾਂ ਦੇ ਵੱਲੋਂ ਆਟੋ ਸਵਾਰ ਦੇ ਕੋਲੋਂ ਪੈਸਿਆਂ ਦੇ ਨਾਲ ਭਰਿਆ ਬੈਗਾ ਖੋ ਕੇ ਫਰਾਰ ਹੋ ਗਏ ਜਿਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕੀਤੀ ਗਈ ਅਗਲੀ ਖਬਰਾਂ ਚੁਣਾ ਤੋਂ ਪਹਿਲਾਂ ਮਹਿੰਗੀਆਂ ਹੋਈਆਂ ਦਾਲਾਂ ਸਰਕਾਰ ਨੇ ਚੁੱਕਿਆ ਕਦਮਾ ਜਨਾਬੀ ਮੌਸਮ ਤੋਂ ਦਰਾਂ ਬਕਬਕ ਦਾਲਾਂ ਦੀਆਂ ਵਧੀਆਂ ਕੀਮਤਾਂ ਸਰਕਾਰ ਨੂੰ ਪਰੇਸ਼ਾਨ ਕਰੀਆਂ ਇਤਿਹਾਸਕ ਹਨ ਸਰਕਾਰ ਦੇ ਵੱਲੋਂ ਦਾਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਹੁਣ ਖਾਬਤਕਾਰ ਮਾਮਲੇ ਦੇ ਸਖਤਰ ਨੇ ਇਸ ਸਬੰਧੀ ਬਕਬਕ ਤੁਰੰਤ ਨਾਲ ਮੀਟਿੰਗ ਕਰਕੇ ਸਟਾਕ ਅਤੇ ਉਪਲਬਧਤਾ ਦਾ ਜਾਇਜ਼ਾ ਲਿਆ ਹੈ ਖਾਫਤਕਾਰ ਮੰਤਰਾਲੇ ਨੇ ਦਿੱਤਾ ਇਹ ਬਿਆਨ ਖਾਫਤਕਾਰ ਮਾਮਲਿਆਂ ਖੁਰਾਕ ਅਤੇ ਜਨਤਕ ਵੰਡਾ ਮੰਤਰਾਲੇ ਨੇ ਸ਼ਨੀਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਦੇ ਵਿੱਚ ਕਹਿ ਕੇ ਦਾਲ ਵਪਾਰੀਆਂ ਸਣੇ ਵੱਖ-ਵੱਖ ਹਿੱਸੇਦਾਰਾਂ ਦੇ ਸਹਿਯੋਗ ਦੇ ਨਾਲ ਉਪਲਬਧਤਾ ਦੀ ਸਮੀਖਿਆ ਕੀਤੀ ਗਿਆ ਤੇ ਅਦੇ ਲਈ ਖਾਫਤਕਾਰ ਮਾਮਲਿਆਂ ਦੇ ਸਖਤਰ ਨਿਧੀ ਖਰੇ ਨੇ ਦਾਲਾਂ ਉਦਯੋਗ ਦੇ ਨੁਮਾਇੰਦੇ ਦੇ ਨਾਲ ਮੀਟਿੰਗ ਕੀਤੀ ਹੈ ਪਾਲਣਾ ਨਾ ਕਰਨ ਤੇ ਕਾਰਵਾਈਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਹਫ਼ਤਾਵਰੀ ਆਧਾਰ 'ਤੇ ਵਪਾਰੀਆਂ ਦੇ ਬਲਬਾਕ-ਬਾਕਾ ਦਾਲਾਂ ਦੇ ਸਟਾਕ ਦਾ ਕੁਲਾਸਾ ਯਕੀਨੀ ਬਣਾਉਣ ਦੇ ਲਈ ਨਿਰਦੇਸ਼ ਦਿੱਤੇ ਸਨ। ਕੇਂਦਰ ਸਰਕਾਰ ਨੇ ਅਰਹਰ ਦੀ ਦਾਲ, ਔਰਦ ਦੀ ਦਾਲ, ਛੂਲੇ ਦੀ ਦਾਲ, ਮਸੂਰ ਦੀ ਦਾਲ ਅਤੇ ਮੂੰਗ ਦੀ ਦਾਲ ਤੋਂ ਇਲਾਵਾ ਆਯਾਤ ਪੀਲੇ ਮਟਰ ਦੇ ਦਾਲ ਦੇ ਸਟਾਕ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਇਸੇ ਸਬੰਧੇ ਤਾਜ਼ਾ ਮੀਟਿੰਗ ਹੋਈ ਜਿਸ ਵਿੱਚ ਸਕੱਤਰ ਨੇ ਦਾਲਾਂ ਉਦਯੋਗ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਹਦਾਇਤਾਂ ਦੇ ਪਾਲਣਾ ਨਾ ਕਰਨ ਵਾਲੇ ਵਪਾਰੀਆਂ ਦੇ ਵਿਰੁੱਧ ਜ਼ਰੂਰੀ ਵਾਸਤਾ ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਅਗਲੀ ਖਬਰਾਂ ਕਾਲੀਦਾਲ ਨੇ ਆਪਰੇ ਮੰਤਰੀ ਖਿਲਾਫ ਚੋਣ ਅਧਿਕਾਰੀ ਦੇ ਕੋਲ ਕੀਤੀ ਸ਼ਿਕਾਇਤ। ਸ਼੍ਰੋਮਣੀਆ ਕਾਲੀਦਾਲ ਦੇ ਪੰਜਾਬ ਦੇ ਮੌਕਾ ਚੋਣ ਅਧਿਕਾਰੀ ਕੈਬਨਟ ਮੰਤਰੀ ਲਾਲਜੀਤ ਪੁੱਲਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਆ ਕਾਲੀਦਾਲ ਨੇ ਆਮਰਮੀ ਪਾਰਟੀ ਅਮੀਰਵਾਰ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰਕੇ ਉਹਦੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਕਾਬਲੇ ਗੌਰਕ ਕੇ ਬੀਤੇ ਦਿਨੀ। ਲਾਲਜੀ ਤਾਂ ਸਿੰਘਾ ਪੁੱਲਰ ਨੇ ਮਾਹੀ ਰਿਜ਼ੋਰਟ ਇਲਾਕੇ ਦੇ ਵਿੱਚ ਸੁਨਿਆਰਿਆਂ ਤੇ ਤਰਕਾਨ ਭਾਈਚਾਰੇ ਦੇ ਖਿਲਾਫ ਟਿੱਪਣੀ ਕਰਕੇ ਰਾਮਗੜੀਆ ਭਾਈਚਾਰੇ ਤੇ ਸੁਨਿਆਰਾ ਭਾਈਚਾਰੇ ਦਾ ਅਪਮਾਨ ਕੀਤਾ ਸੀ ਇਸ ਤੋਂ ਬਾਅਦ ਪੰਜਾਬ ਪਰ ਦੇ ਵਿੱਚ ਕਈ ਥਾਵਾਂ ਤੇ ਭਾਈਚਾਰੇ ਦੇ ਲੋਕਾਂ ਨੇ ਵਿੱਚ ਗੁੱਸਾ ਤੇ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅਗਲੀ ਖਬਰ ਹੈ ਚੋਣਾਂ ਤੋਂ ਬਾਅਦ ਲੱਗ ਸਕਦਾ ਮਹਿੰਗਾਈ ਦਾ ਵੱਡਾ ਝਟਕਾ ਪਰਿਵਾਰ ਦੇ ਹਰ ਮੈਂਬਰ ਤੇ ਪਵੇਗਾ ਵੱਡਾ ਅਸਰ ਮੰਗਾਈ ਨੂੰ ਲੈ ਕੇ ਲੋਕਾਂ ਦੇ ਲਈ ਜਲਦੀ ਨਵੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਲੋਕਾਂ ਨੂੰ ਮਹਿੰਗਾਈ ਦਾ ਨਵਾਂ ਝਟਕਾ ਲੱਗ ਸਕਦਾ ਹੈ ਤੇ ਇਹ ਝਟਕਾ ਟੈਲੀਕਾਮ ਕੰਪਨੀਆਂ ਵੀ ਦੇ ਸਕਦੀਆਂ ਨੇ ਇੱਕ ਤਾਜ਼ਰ ਪੋੜ ਦੇ ਮੁਤਾਬਕ ਜਿਵੇਂ ਕਿ Airtel ਵਰਗੀਆਂ ਟੈਲੀਕਾਮ ਕੰਪਨੀਆਂ ਟ੍ਰੈਪ ਦਾ ਵਧਾਉਣ ਦੀ ਯੋਜਨਾ ਬਣਾ ਰਹੀਆਂ ਨੇ ਤੇ ਇਹ ਕੰਪਨੀਆਂ ਦੇਰ ਦੇ ਵਿੱਚ ਲੋਕ ਸਭਾ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਮੋਬਾਈਲ ਤੇ ਟ੍ਰੈਪ ਕਰੇ ਵੇਚਿਆ ਵਾਅਦੇ ਦਾ ਐਲਾਨ ਕਰ ਸਕਦਾ ਨੇ ਤੇ ਜੇਕਰ ਅੱਜਾ ਹੁੰਦਾ ਤਾਂ ਜੂਨ ਦੇ ਵਿੱਚ ਆ ਖਾਤਮ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਲੋਕਾਂ ਨੂੰ ਮੋਬਾਈਲ ਫੋਨ ਦੇ ਬਾਰ ਤੋਂ ਕਰਨੀ ਮਹਿੰਗੀ ਹੋ ਜਾਵੇਗੀ। ਵਿਸ਼ਲੇਸ਼ਕ ਐਨਟੇਕਾ ਸਟਾਕ ਦਾ ਬ੍ਰੋਕਿੰਗ ਦੇ ਹਵਾਲੇ ਨਾਲ ਪੀਟੀਆ ਦੇ ਅਕਰ ਪੁਰਦ ਵਿੱਚ ਇਹ ਖਰਚਾ ਪ੍ਰਗਟਾਇਆ ਗਿਆ ਹੈ। ਐਨਟੇਕਾ ਸਟਾਕ ਦਾ ਬ੍ਰੋਕਿੰਗ ਦਾ ਮਰਨਾ ਕੇ ਜਿਵਾ ਤੇ Airtel ਵਰਗੀਆਂ ਵੱਡੀਆਂ ਟੈਲੀਕਾਮ ਕੰਪਨੀਆਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਆਪਣੇ ਪਲਾਨ ਮਹਿੰਗੇ ਕਰ ਸਕਦੇ ਹਨ ਤੇ ਖਾਰਸ਼ਾ ਹੈ ਕਿ ਚੋਣਾਂ ਤੋਂ ਬਾਅਦ ਟੈਲੀਕਮ ਕੰਪਨੀਆਂ ਟਰੈਪਕ ਵਿੱਚ 15% ਤੋਂ ਲੈ ਕੇ 17% ਤੱਕ ਦਾ ਵਾਅਦਾ ਕਰ ਸਕਦੀਆਂ ਹਨ। ਅਗਲੀ ਖਬਰ ਹੈ 2024 ਦੇ ਵਿੱਚ 1 ਲੱਖ ਰੁਪਏ ਨੂੰ ਪਾਰ ਕਰੇਗਾ ਸੋਨਾ ਇਰਾਨ ਇਜ਼ਰਾਈਲ ਨੇ ਵਧਾਈ ਟੈਨਸ਼ਨ ਰਿਕਾਰਡ ਤੇ ਪਹੁੰਚੀਆਂ ਕੀਮਤਾਂ। ਮਾਦਾ ਪੂਰਬ ਵੈਚਾ ਵਾਦੇ ਤਣਾਅ ਦੇ ਨਾਲ ਨਿਵੇਸ਼ਕ ਵੀ ਸੋਨੇ ਵੱਲ ਮੁੜ ਗਏ ਹਨ ਤੇ ਜਿਸ ਨੂੰ ਸੁਰੱਖਿਆ ਪਨਾਹਗਾ ਮੰਨਿਆ ਜਾਂਦਾ ਹੈ ਸ਼ੁੱਕਰਵਾਰ ਨੂੰ ਵਿਸ਼ਵਵਿਆ ਬਾਜ਼ਾਰ ਦੇ ਵਿੱਚ ਸੋਨੇ ਦੀ ਹਾਜ਼ਰ ਕੀਮਤ 2.2 ਫੀਸ ਦੇ ਵਧ ਕੇ 2424.32 ਡਾਲਰ ਪ੍ਰਤੀ ਔਂਸ ਤੇ ਪਹੁੰਚ ਗਏ ਇਸ ਹਫਤੇ ਸੋਨੇ ਦੀ ਕੀਮਤ ਵਿੱਚ 4 ਫੀਸ ਦਾ ਵਾਧਾ ਹੋਇਆ ਹੈ ਸੋਨੇ ਦੇ ਭਵਿੱਖ ਦੇ ਦਰਬੇ ਵਾਧੇ ਨਜ਼ਰ ਆ ਰਹੀਆਂ ਤੇ ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 4 ਫੀਸ ਦੇ ਵਧ ਕੇ 93.60 ਡਾਲਰ ਪ੍ਰਤੀ ਔਂਸ ਤੇ ਪਹੁੰਚ ਗਿਆ ਤੇ ਇਹ 2021 ਤੋਂ ਬਾਅਦ ਵਿਸ਼ਵਵਿਆਪੀ ਬਾਜ਼ਾਰ ਦੇ ਵਿੱਚ ਚਾਂਦੀ ਦੀ ਸਭ ਤੋਂ ਉੱਚੀ ਕੀਮਤ ਹੈ ਭਾਰਤ ਵਿੱਚ ਕੀਮਤਾਂ ਕਿੱਥੇ ਪਹੁੰਚ ਗਈ ਗਲੋਬਲ ਬਾਜ਼ਾਰ ਦੇ ਵਿੱਚ ਆਈ ਤੇਜੇ ਦਾ ਅਸਰ ਭਾਰਤੀ ਸਰਾਫਾ ਬਾਜ਼ਾਰ ਤੇ ਵੀ ਦੇਖਣ ਨੂੰ ਮਿਲਿਆ ਅਤੇ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ 1050 ਰੁਪਏ ਵਧ ਕੇ 73000 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ ਇਹ ਸੋਨੇ ਦੇ ਰਿਕਾਰਡ ਕੀਮਤ ਹੈ ਚਾਂਦੀ ਦੀ ਕੀਮਤ ਵੀ ਸ਼ੁੱਕਰਵਾਰ ਨੂੰ 1400 ਰੁਪਏ ਵਧੀ ਅਤੇ ਇਹ 86300 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵਿਕ ਰਹੀ ਹੈ 2024 ਵਿੱਚ ਕੀਮਤਾਂ ਕਿੱਥੇ ਜਾਵੇਗੀ ਕੇਡਾ ਅਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡਿਆ ਨੇ ਕੁਝ ਦਿਨ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ ਇਸ ਸਾਲ ਤਨ 13 ਜਾਨਕ ਕੇ ਨਵੰਬਰ ਮਹੀਨੇ ਤੱਕ ਸੋਨੇ ਦੀ ਕੀਮਤਾਂ 72000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ ਹਾਲਾਂਕਿ ਕੁਝ ਦਿਨਾਂ ਦੇ ਵਿੱਚ ਸੋਨੇ ਨੇ ਇਹ ਅੰਕੜਾ ਪਾਰ ਕਰ ਲਿਆ ਭਾਵੇਂ ਹਜੇ ਅਪ੍ਰੈਲ ਦਾ ਮਹੀਨਾ ਆਇਆ ਦੇ ਸਿਖਰ ਤੇ ਮਾਧ ਪੂਰਵ ਤੋਂ ਇੱਕ ਨਵਾਂ ਬੇਸ਼ਬਾ ਸਾਂਕਟਾਬੇ ਨਿਵੇਸ਼ਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਅਜਿਹੇ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਕਿ 2024 ਦੇ ਅੰਤ ਤੱਕ ਸੂਨਾ ਲਗਭਗ 1 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਅਗਲੀ ਖਬਰ ਅਲוקਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤੀ ਆਪਣੀ ਪਹਿਲੀ ਸੂਚੀ ਇਹਨਾਂ ਅਮੀਰਵਾਰਾਂ ਨੂੰ ਮਿਲਲੇ ਟੈਗਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2024 ਦੀਆਂ ਸੰਸਦੀ ਚੋਣਾਂ ਦੇ ਲਈ ਅਮੀਰਵਾਰਾਂ ਦੇ ਵਜੋਂ ਪਾਰਟੀ ਦੇ ਸਤ ਸਿਨਰ ਆਗੂਆਂ ਦੇ ਸੁਚੇਤ ਦਾ ਐਲਾਨ ਕਰ ਦਿੱਤਾ ਖਾਲਸਾ ਸਿਰਜਣਾ ਦੇਵਸਾ ਦੇ ਇਤਿਹਾਸ ਘਾਤੇ ਪਵਿੱਤਰ ਦਿਹਾੜੇ ਨੂੰ ਚੋਣਾਂ ਵਿਗੜ ਬਜਾਉਣ ਦੇ ਲਈ ਸਭ ਤੋਂ ਟੱਕਵੇਂ ਦਿਨ ਬਜੋ ਚੁੰਨਦੇ ਹੋਏ ਉਹਨਾਂ ਨੇ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਇਹ ਜਾਣਕਾਰੀ ਡਾਕਟਰ ਦਲਜੀਤ ਸੰਗਤ ਚੀਮਾ ਦੇ ਵੱਲੋਂ ਦਿੱਤੇ ਗਿਆ ਮੀਰ ਬਾਰਨ ਦੀ ਜਾਰੀ ਸੂਚੀ ਅਨੁਸਾਰ ਗੁਰਦਾਸਪੁਰ ਤੋਂ ਦਲਜੀਤ ਚੀਮਾ ਨੂੰ ਟੈਗਟ ਦਿੱਤੇ ਗਿਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘਾ ਚੰਦੂ ਮਾਜਰਾ ਚੋਣਾਂ ਮੈਦਾਨ ਦੇ ਵਿੱਚ ਉਤਰਨਗੇ ਪਟਿਆਲਾ ਤੋਂ ਐਨਕੇ ਸ਼ਰਮਾ ਨੂੰ ਅਮੀਰਵਾਰ ਐਲਾਨਿਆ ਗਿਆ ਹੈ। ਅਮਰਸਰ ਤੋਂ ਅਨੈਲਾ ਜੋਸ਼ੀ ਨੂੰ ਅਮੀਰਵਾਰ ਐਲਾਨਿਆ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਕਰਮਾਜੀਤ ਸਿੰਘਾ ਖਾਲਸਾ ਨੂੰ ਟਿਕਟ ਦਿੱਤੀ ਗਈ ਹੈ। ਫਰੀਦਕੋਟ ਤੋਂ ਰਾਜਵਿੰਦਰ ਸਿੰਘ ਚੋਣਾਂ ਲੜਨਗੇ ਸੰਗਰੂਰ ਤੋਂ ਇਕਬਾਲ ਸਿੰਘਾ ਚੋਣਾਂ ਨੂੰ ਅਮੀਰਵਾਰ ਐਲਾਨਿਆ ਗਿਆ ਹੈ। ਅਗਲੀ ਖਬਰਾਂ ਵੀ ਕਿਉ ਕਾਦਾਂ ਦੇ ਬਲੋਂ ਫੂਸਾ 44 ਦੇ ਪਨੀਰੀ ਲਗਾਉਣ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਾਦੀਆਂ ਜ਼ਿਲ੍ਹਾ ਬਰਨਾਲਾ ਦੇ ਅਮਹੀਨਾਵਾਰ ਮੀਟਿੰਗਾਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛਿਨੀਬਾਲ ਦੇ ਪ੍ਰਧਾਨਗੇ ਹੇਠ ਗੁਰਦੁਆਰਾ ਬੀਬੇ ਪ੍ਰਧਾਨ ਕੌਰਾ ਬਰਨਾਲਾ ਵਿਖੇ ਹੋਈ ਆ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘਾ ਛਿਨੀਬਾਲ ਨੇ ਕਹਿ ਕੇ ਚੂਨੇ ਦੇ ਬਦਲ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਨੀਤੀ ਨਾ ਬਣਾਉਣ ਦੇ ਵਿਰੋਧ ਵਜੋਂ ਕਾਲਾ ਬੀਕੇਯੂ ਕਾਦੀਆਂ ਦੇ ਵੱਲੋਂ ਫੂਸਾ 44 ਪਨੀਰੇ ਲਗਾਉਣ ਦਾ ਐਲਾਨ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਸਰਕਾਰ ਦੇ ਵੱਲੋਂ 10 ਜੂਨ ਤੋਂ ਬਈਲੇ ਸਪਲਾਈ ਅਤੇ ਨਹਿਰੀ ਪਾਣੀ ਦਿੱਤਾ ਜਾਵੇ ਜੇਕਰ ਸਰਕਾਰ ਧੱਕੇ ਦੇ ਨਾਲ ਲੱਗੀ ਹੋਈ ਜੇਰੀ ਚੋਨਾ ਵਾਹੇਗੀ ਤਾਂ ਜ਼ਥੇਬੰਦੀ ਵੱਲੋਂ ਆਏ ਅਧਿਕਾਰੀਆਂ ਦਾ ਘਰਾਉ ਕੀਤਾ ਜਾਵੇਗਾ ਜੇਕਰ ਸਰਕਾਰ ਨੇ ਬਾਂਸਮੱਤੀ ਬੀਜ ਵਜਾਉਣੇ ਹੰਤਾ ਉਹਨਾਂ ਦੇ ਉੱਪਰ ਐਮਐਸਪੀ ਦੇ ਆ ਗਰੰਟੀ ਦਿੱਤੇ ਆਵੇ ਜੇਕਰ ਸਰਕਾਰ ਨੇ ਪੀਆਰ 126 ਜੇ ਚੁੰਨਿੰਦਾ ਬੀਜ ਵਜਾਉਣਾ ਤਾਂ ਉਹਦੇ ਉੱਪਰ ਲਗਭਗ 200 ਰੁਪਏ ਪ੍ਰਤੀ ਕੁਇੰਟਲ ਬੋਨਸ ਹਦ ਤੱਕ ਜਾਵੇ